ਜ਼ਿੰਦਗੀ ਵਿੱਚ ਕਦੇ ਨਾ ਕਦੇ ਕੰਮ ਆਉਣ ਵਾਲੀਆਂ ਇਹ ਗੱਲਾਂ। ਨੰਬਰ 1, ਜਿਹੜੀਆਂ ਔਰਤਾਂ ਆਪਣੇ ਬਾਲਾਂ ਨੂੰ ਵੇਚ ਦਿੰਦੀਆਂ ਹਨ ਜਾਂ ਫਿਰ ਇੱਧਰ ਉੱਧਰ ਸੁੱਟ ਦਿੰਦੀਆਂ ਨੇ, ਅਜਿਹੀਆਂ ਔਰਤਾਂ ਦੀ ਜ਼ਿੰਦਗੀ ਵਿੱਚ ਮੁਸ਼ਕਲਾਂ ਬਿਨ ਬੁਲਾਏ ਹੀ ਆ ਜਾਂਦੀਆਂ ਹਨ। ਨੰਬਰ 2, ਜੇਕਰ ਪਤੀ ਪਤਨੀ ਵਿੱਚ ਰੋਜ਼ਾਨਾ ਲੜਾਈ ਝਗੜੇ ਰਹਿੰਦੇ ਹਨ ਤਾਂ ਉਹ ਰੋਜ਼ਾਨਾ ਆਪਣੇ ਘਰ ਗਾਂ ਦੇ ਦੇਸੀ ਘਿਓ ਦਾ ਦੀਪਕ ਜ਼ਰੂਰ ਜਲਾਓ ਅਤੇ ਨਾਲ ਹੀ ਲੜਾਈ ਝਗੜੇ ਨਾ ਹੋਣ ਇਸ ਬਾਰੇ ਉਸ ਪਰਮਾਤਮਾ ਅੱਗੇ ਪ੍ਰਾਰਥਨਾ ਜ਼ਰੂਰ ਕਰੋ। ਨੰਬਰ 3, ਜੇਕਰ ਤੁਸੀਂ ਰੋਜ਼ਾਨਾ ਆਪਣੇ ਘਰ ਦੇ ਮੁੱਖ ਦਰਵਾਜ਼ੇ 'ਤੇ ਘਿਓ ਜਾਂ ਫਿਰ ਤੇਲ ਦਾ ਦੀਪਕ ਜਲਾਉਂਦੇ ਹੋ ਤਾਂ ਇਸ ਨਾਲ ਘਰ ਵਿੱਚ ਸੁੱਖ ਸ਼ਾਂਤੀ ਹਮੇਸ਼ਾ ਬਣੀ ਰਹਿੰਦੀ ਹੈ। ਨੰਬਰ 4, ਜਿਹੜੇ ਲੋਕ ਸੋਮਵਾਰ ਵਾਲੇ ਦਿਨ ਆਪਣੇ ਸਿਰ ਵਿੱਚ ਤੇਲ ਲਗਾਉਂਦੇ ਹਨ ਉਹਨਾਂ ਨੂੰ ਹਰ ਕੰਮ ਵਿੱਚ ਸਫਲਤਾ ਮਿਲਦੀ ਹੈ ਅਤੇ ਨਾਲ ਹੀ ਸੁੰਦਰਤਾ ਵਿੱਚ ਵੀ ਵਾਧਾ ਹੁੰਦਾ ਹੈ। ਨੰਬਰ 5, ਜਿਹੜੀਆਂ ਔਰਤਾਂ ਸੱਚੇ ਮਨ ਨਾਲ ਆਪਣੇ ਘਰ ਵਿੱਚ ਪਰਮਾਤਮਾ ਦੀ ਭਗਤੀ ਕਰਦੀਆਂ ਹਨ, ਅਜਿਹੀਆਂ ਔਰਤਾਂ ਦੇ ਪਤੀ ਦੀ ਜੇਬ ਕਦੇ ਵੀ ਖਾਲੀ ਨਹੀਂ ਹੁੰਦੀ ਅਤੇ ਨਾਲ ਹੀ ਘਰ ਵਿੱਚ ਸੁੱਖ ਸ਼ਾਂਤੀ ਬਣੀ ਰਹਿੰਦੀ ਹੈ। ਨੰਬਰ 6, ਜੇਕਰ ਔਰਤਾਂ ਰੋਜ਼ਾਨਾ ਸਵੇਰੇ ਜਲਦੀ ਨਾਲ ਉੱਠ ਕੇ ਪਾਠ ਪੂਜਾ ਕਰਨ ਅਤੇ ਉਸ ਪਰਮਾਤਮਾ ਦੀ ਭਗਤੀ ਕਰਨ ਤਾਂ ਇਸ ਨੂੰ ਉਸਦੇ ਪਤੀ ਦੇ ਕੀਤੇ ਹੋਏ ਪਾਪ ਵੀ ਮਾਫ਼ ਹੋ ਜਾਂਦੇ ਹਨ ਅਤੇ ਨਾਲ ਹੀ ਪਤੀ ਵੀ ਸਿੱਧੇ ਰਸਤੇ ਉੱਪਰ ਚੱਲ ਪੈਂਦੇ ਹਨ। ਨੰਬਰ 7, ਜੇਕਰ ਤੁਹਾਨੂੰ ਆਪਣੇ ਘਰ ਵਿੱਚ ਧੂਫ ਬੱਤੀ ਕਰਨ ਤੋਂ ਪਹਿਲਾਂ ਹੀ ਚੰਗੀ ਖੁਸ਼ਬੂ ਆਵੇ ਤੇ ਇਸ ਨਾਲ ਤੁਹਾਡੀ ਜ਼ਿੰਦਗੀ ਵਿੱਚ ਕੁਝ ਚੰਗਾ ਹੋਣ ਵਾਲਾ ਹੈ। ਨੰਬਰ 8, ਆਪਣੀ ਸਫਲਤਾ ਦੇ ਆਉਣ ਤੋਂ ਪਹਿਲਾਂ ਕਿਸੇ ਨਾਲ ਵੀ ਭੁੱਲ ਕੇ ਜ਼ਿਕਰ ਨਾ ਕਰੋ ਤੇ ਨਾ ਹੀ ਜੋ ਤੁਸੀਂ ਕੰਮ ਕਰਨ ਜਾ ਰਹੇ ਹੋ ਉਸ ਬਾਰੇ ਕਿਸੇ ਨੂੰ ਕੁਝ ਵੀ ਦੱਸੋ। ਨੰਬਰ 9, ਆਪਣੇ ਘਰ ਨੂੰ ਹਮੇਸ਼ਾ ਖੁਸ਼ਬੂਦਾਰ ਬਣਾਈ ਰੱਖਣ ਲਈ ਆਪਣੇ ਘਰ ਵਿੱਚ ਰੋਜ਼ਾਨਾ ਅਗਰਬੱਤੀ ਜ਼ਰੂਰ ਲਗਾਓ। ਇਸ ਤੋਂ ਇਲਾਵਾ ਖਿੜਕੀਆਂ ਨੂੰ ਖੋਲ੍ਹ ਕੇ ਰੱਖੋ ਤਾਂ ਜੋ ਹਵਾ ਵਿੱਚ ਅਦਲਾ ਬਦਲੀ ਹੁੰਦੀ ਰਹੇ। ਨੰਬਰ 10, ਜੇਕਰ ਤੁਸੀਂ ਇਹਨਾਂ ਕੰਮਾਂ ਵੱਲ ਧਿਆਨ ਨਹੀਂ ਦਿੰਦੇ ਤਾਂ 100% ਗਰੀਬੀ ਹੀ ਦੇਖੋਗੇ। ਪਹਿਲਾਂ ਘਰ ਵਿੱਚ ਲੱਗੇ ਹੋਏ ਜਾਲੇ ਨਾ ਸਾਫ਼ ਕਰਨਾ, ਦੂਸਰਾ ਜੰਗ ਲੱਗੇ ਤਾਲੇ ਘਰ ਵਿੱਚ ਰੱਖਣਾ ਅਤੇ ਤੀਸਰਾ ਧੂਲ ਮਿੱਟੀ ਪਈ ਰਹਿਣਾ, ਚੌਥਾ ਘਰ ਦੀ ਟੂਟੀ ਵਿੱਚੋਂ ਪਾਣੀ ਟਪਕਣਾ, ਪੰਜਵਾਂ ਸੂਰਜ ਨਿਕਲਣ ਤੱਕ ਬਿਸਤਰੇ ਤੋਂ ਬਾਹਰ ਨਾ ਨਿਕਲਣਾ। ਨੰਬਰ 11, ਜਿਹੜੀਆਂ ਔਰਤਾਂ ਦੀਆਂ ਹੱਥਾਂ ਦੀਆਂ ਹਥੇਰੀਆਂ ਨਰਮ ਹੁੰਦੀਆਂ ਨੇ ਉਹ ਔਰਤਾਂ ਕੰਮ ਕਾਜ ਘੱਟ ਹੀ ਕਰਦੀਆਂ ਅਤੇ ਹਮੇਸ਼ਾ ਆਪਣੇ ਹੱਥਾਂ ਵੱਲ ਹੀ ਦੇਖ ਕੇ ਸਮਾਂ ਬਤੀਤ ਕਰ ਦਿੰਦੀਆਂ ਹਨ। ਨੰਬਰ 12, ਜੇਕਰ ਤੁਸੀਂ ਝਾੜੂ ਨਵਾਂ ਖਰੀਦਣਾ ਚਾਹੁੰਦੇ ਹੋ ਤਾਂ ਉਸ ਨੂੰ ਹਮੇਸ਼ਾ ਸ਼ੁੱਕਰਵਾਰ ਵਾਲੇ ਦਿਨ ਹੀ ਖਰੀਦੋ ਜੋ ਕਿ ਚੰਗਾ ਮੰਨਿਆ ਜਾਂਦਾ ਹੈ। ਨੰਬਰ 13, ਵੀਰਵਾਰ ਵਾਲੇ ਦਿਨ ਉੱਤਰ ਦਿਸ਼ਾ ਵਿੱਚ ਜੇਕਰ ਤੁਸੀਂ ਕਮਲ ਦਾ ਫੁੱਲ ਲਗਾਉਂਦੇ ਹੋ ਤਾਂ ਇਸ ਨਾਲ ਤੁਹਾਨੂੰ ਬਹੁਤ ਲਾਭ ਮਿਲੇਗਾ। ਨੰਬਰ 14, ਸਾਲ ਵਿੱਚ ਇੱਕ ਜਾਂ ਫਿਰ ਦੋ ਵਾਰ ਕੋਈ ਵੀ ਪੂਜਾ ਪਾਠ ਜ਼ਰੂਰ ਕਰਵਾਓ। ਘਰ ਵਿੱਚ ਇਸ ਨਾਲ ਸੁੱਖ ਸ਼ਾਂਤੀ ਬਣੀ ਰਹਿੰਦੀ ਹੈ ਅਤੇ ਨਾਲ ਹੀ ਘਰ ਵਿੱਚ ਨੈਗੇਟਿਵਿਟੀ ਨਹੀਂ ਆਉਂਦੀ। ਨੰਬਰ 15, ਰਾਤ ਦੇ ਸਮੇਂ ਕਿਸੇ ਵੀ ਨਾਲ ਗਿਲੇ ਸ਼ਿਕਵੇ ਨਾ ਕਰਕੇ ਸੋਵੋ। ਇਸ ਨਾਲ ਪਰਮਾਤਮਾ ਹਮੇਸ਼ਾ ਤੁਹਾਡੇ ਨਾਲ ਰਹੇਗਾ ਅਤੇ ਦੁੱਖ ਸੁੱਖ ਵਿੱਚ ਸਾਥ ਦੇਵੇਗਾ। ਨੰਬਰ 16, ਘਰ ਦੀ ਤਿਜੋਰੀ ਵਿੱਚ ਭੁੱਲ ਕੇ ਕਦੇ ਵੀ ਭਰੀ ਹੋਈ ਪਰਫਿਊਮ ਦੀ ਸ਼ੀਸ਼ੀ ਨਹੀਂ ਰੱਖਣੀ ਚਾਹੀਦੀ। ਇਸ ਤੋਂ ਇਲਾਵਾ ਘਰ ਵਿੱਚ ਕਦੇ ਵੀ ਟੁੱਟਿਆ ਫੁੱਟਿਆ ਸਮਾਨ ਨਾ ਰੱਖੋ, ਇਸ ਨਾਲ ਤੁਹਾਡਾ ਬਹੁਤ ਨੁਕਸਾਨ ਹੁੰਦਾ ਹੈ। ਨੰਬਰ 17, ਜੇਕਰ ਤੁਹਾਡੇ ਘਰ ਪਰਿਵਾਰ ਵਿੱਚ ਕਿਸੇ ਵਿਅਕਤੀ ਨੂੰ ਨਜ਼ਰ ਲੱਗ ਗਈ ਹੋਵੇ ਤਾਂ ਇੱਕ ਕੱਪ ਵਿੱਚ ਥੋੜ੍ਹਾ ਜਿਹਾ ਪਾਣੀ ਪਾ ਕੇ ਉਸ ਵਿੱਚ ਚਾਹ ਪੱਤੀ ਪਾ ਲਿਓ ਅਤੇ ਥੋੜ੍ਹਾ ਜਿਹਾ ਨਮਕ ਪਾ ਲਓ। ਫਿਰ ਇਸ ਨੂੰ ਨਜ਼ਰ ਲੱਗੇ ਮੈਂਬਰ ਤੋਂ 7 ਵਾਰ ਸਵਾ ਕੇ ਫਲੱਸ਼ ਵਿੱਚ ਪਾ ਦਿਓ, ਇਸ ਨਾਲ ਉਸਦੀ ਲੱਗੀ ਹੋਈ ਨਜ਼ਰ ਉੱਤਰ ਜਾਵੇਗੀ। ਨੰਬਰ 18, ਜਦੋਂ ਵੀ ਤੁਸੀਂ ਇਸ਼ਨਾਨ ਕਰਕੇ ਹਟਦੇ ਹੋ ਤਾਂ ਕਦੇ ਵੀ ਬਾਥਰੂਮ ਵਿੱਚ ਗਿੱਲੇ ਕੱਪੜੇ ਨਾ ਰੱਖੋ ਅਤੇ ਨਾ ਹੀ ਉੱਥੇ ਟੁੱਟੇ ਹੋਏ ਬਾਲ ਰਹਿਣ ਦਿਓ। ਇਸ ਤੋਂ ਇਲਾਵਾ ਉਸ ਨੂੰ ਨਹਾਉਣ ਤੋਂ ਬਾਅਦ ਸਾਫ਼ ਜ਼ਰੂਰ ਕਰੋ, ਬਿਨਾਂ ਚੱਪਲ ਤੋਂ ਇਸ਼ਨਾਨ ਨਾ ਕਰੋ। ਨੰਬਰ 19, ਜਿਹੜੀਆਂ ਔਰਤਾਂ ਦਾ ਨੱਕ
ਛੋਟਾ ਹੁੰਦਾ ਹੈ ਉਹ ਕਿਸਮਤ ਵਾਲੀਆਂ ਮੰਨੀਆਂ ਜਾਂਦੀਆਂ ਹਨ ਅਤੇ ਨਾਲ ਹੀ ਉਹ ਬਹੁਤ ਕੰਮਕਾਜੀ ਵੀ ਹੁੰਦੀਆਂ ਹਨ। ਨੰਬਰ 20, ਜਿਹੜੀਆਂ ਔਰਤਾਂ ਹਮੇਸ਼ਾ ਆਪਣੇ ਘਰ ਪਰਿਵਾਰ ਦੇ ਮੈਂਬਰਾਂ ਨਾਲ ਲੜਾਈ ਝਗੜਾ ਕਰਦੀਆਂ ਰਹਿੰਦੀਆਂ ਹਨ ਉਹ ਆਪਣੇ ਘਰ ਦੇ ਮੈਂਬਰਾਂ ਦੇ ਦਿਲਾਂ ਵਿੱਚੋਂ ਆਪਣੀ ਇੱਜ਼ਤ ਆਪ ਘਟਾ ਲੈਂਦੀਆਂ ਹਨ। ਦੋਸਤੋ, ਜੇਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਅਤੇ ਸ਼ੇਅਰ ਕਰੋ। ਇਸ ਦੇ ਨਾਲ ਹੀ ਇਸ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ।